ਇੱਕ 16 ਸਾਲ ਦੀ ਕੁੜੀ ਦੇ ਨਾਲ ਇੱਕ ਸ਼ਖਸ ਦੇ ਵੱਲੋਂ ਦੁਸ਼ਕਰਮ ਕੀਤਾ ਗਿਆ ਤੇ ਹੁਣ ਫਰਾਰ ਹੋ ਗਿਆ। ਪੀੜਤ ਲੜਕੀ 7 ਮਹੀਨੇ ਦੀ ਪ੍ਰੈਗਨੈਂਟ ਹੈ। ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਪੁਲਿਸ ਦੇ ਵੱਲੋਂ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। 7 ਮਹੀਨੇ ਦੀ ਲੜਕੀ ਪ੍ਰੈਗਨੈਂਟ ਹੈ, ਨਾਬਾਲਗ ਹੈ, ਜਿਸਦਾ ਮੈਡੀਕਲ ਤੇ ਹੋਰ ਰਿਪੋਰਟਾਂ ਹੋਸਪਿਟਲ ਦੇ ਵਿੱਚ ਕਰਵਾਈਆਂ ਜਾ ਰਹੀਆਂ ਨੇ। ਪਠਾਨਕੋਟ ਦੇ ਤਾਰਾਗੜ੍ਹ ਇਲਾਕੇ ਦਾ ਇਹ ਮਾਮਲਾ ਹੈ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਪਰਚਾ ਦਰਜ ਕੀਤਾ ਔਰ ਵੱਖ-ਵੱਖ ਟੀਮਾਂ ਬਣਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੀੜਤ ਪਰਿਵਾਰ ਦੇ ਵੱਲੋਂ ਤਾਰਾਗੜ੍ਹ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ, ਜਿਸ ਦਾ DSP ਦੇ ਵੱਲੋਂ ਖੁਲਾਸਾ ਕੀਤਾ ਗਿਆ। 16 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਦੁਸ਼ਕਰਮ ਕੀਤਾ। 7 ਮਹੀਨੇ ਦੀ ਇਸ ਵੇਲੇ ਪ੍ਰੈਗਨੈਂਟ ਹੈ। ਹੌਸਪੀਟਲ ਦੇ ਵਿੱਚ ਉਸਦੇ ਟੈਸਟ ਕਰਵਾਏ ਜਾ ਰਹੇ ਨੇ। ਇਸ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ, ਜਿਸ ਦੀ ਭਾਲ ਵਾਸਤੇ ਪੁਲਿਸ ਦੇ ਵੱਲੋਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ ਔਰ ਜਲਦ ਆਰੋਪੀ ਨੂੰ ਫੜਨ ਦਾ ਤੇ ਉਸਦੇ ਖਿਲਾਫ ਐਕਸ਼ਨ ਲੈਣ ਦਾ ਭਰੋਸਾ ਦਿੱਤਾ ਗਿਆ ਹੈ। ਥਾਣਾ ਤਾਰਾਗੜ੍ਹ ਦੇ ਵਿੱਚ ਇੱਕ ਸਾਨੂੰ ਕੰਪਲੇਂਟ ਮਿਲੀ ਸੀ। ਉਹਦੇ ਵਿੱਚ ਜਿਹੜੀ ਲੜਕੀ ਹੈ ਉਹ 16 ਸਾਲ ਦੀ ਹੈ ਅਤੇ 7 ਮਹੀਨੇ ਦੀ ਪ੍ਰੈਗਨੈਂਟ ਹੈ। ਜੋ ਅਸੀਂ ਉਹਨਾਂ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹਾਂ, ਮੁਕੱਦਮਾ ਨੰਬਰ 67 ਮਿਤੀ 24/7/24 ਅੰਡਰ ਸੈਕਸ਼ਨ 376/6 ਪੋਕਸੋ ਐਕਟ ਜਿਹੜਾ ਇਹ ਦਰਜ ਰਜਿਸਟਰ ਕਰਤਾ ਜੀ। ਅਤੇ ਜਿਹੜੀ ਹੁਣ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕੀਤੀ ਹੈ ਅਤੇ ਜਿਹੜਾ ਦੋਸ਼ੀ ਹਾਲੇ ਫਰਾਰ ਹੈ, ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਅਤੇ ਜਿਹੜੀ ਲੜਕੀ ਹੈ ਉਹਦਾ 'ਚ ਅਸੀਂ ਮੈਡੀਕਲ ਵੀ ਕਰਾ ਰਿਹਾ ਅਤੇ ਹੋਰ ਵੀ ਜਿਹੜੀਆਂ ਇਨਵੈਸਟੀਗੇਸ਼ਨ ਆਪਣੀ ਕੰਪਲੀਟ ਕਰ ਰਿਹਾ। ਇੱਕ 16 ਸਾਲ ਦੀ ਕੁੜੀ ਦੇ ਨਾਲ ਇੱਕ ਸ਼ਖਸ ਦੇ ਵੱਲੋਂ ਦੁਸ਼ਕਰਮ ਕੀਤਾ ਗਿਆ ਤੇ ਹੁਣ ਫਰਾਰ ਹੋ ਗਿਆ। ਪੀੜਤ ਲੜਕੀ 7 ਮਹੀਨੇ ਦੀ ਪ੍ਰੈਗਨੈਂਟ ਹੈ। ਮਾਮਲਾ ਪੁਲਿਸ ਦੇ ਕੋਲ ਪਹੁੰਚ ਗਿਆ। ਪੁਲਿਸ ਦੇ ਵੱਲੋਂ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ। 7 ਮਹੀਨੇ ਦੀ ਲੜਕੀ ਪ੍ਰੈਗਨੈਂਟ ਹੈ, ਨਾਬਾਲਗ ਹੈ, ਜਿਸਦਾ ਮੈਡੀਕਲ ਤੇ ਹੋਰ ਰਿਪੋਰਟਾਂ ਹੋਸਪਿਟਲ ਦੇ ਵਿੱਚ ਕਰਵਾਈਆਂ ਜਾ ਰਹੀਆਂ ਨੇ। ਪਠਾਨਕੋਟ ਦੇ ਤਾਰਾਗੜ੍ਹ ਇਲਾਕੇ ਦਾ ਇਹ ਮਾਮਲਾ ਹੈ। ਪੁਲਿਸ ਨੇ ਮੁਲਜ਼ਮ ਦੇ ਖਿਲਾਫ ਪਰਚਾ ਦਰਜ ਕੀਤਾ ਔਰ ਵੱਖ-ਵੱਖ ਟੀਮਾਂ ਬਣਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੀੜਤ ਪਰਿਵਾਰ ਦੇ ਵੱਲੋਂ ਤਾਰਾਗੜ੍ਹ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ ਗਈ, ਜਿਸ ਦਾ DSP ਦੇ ਵੱਲੋਂ ਖੁਲਾਸਾ ਕੀਤਾ ਗਿਆ। 16 ਸਾਲ ਦੀ ਨਾਬਾਲਗ ਲੜਕੀ ਦੇ ਨਾਲ ਦੁਸ਼ਕਰਮ ਕੀਤਾ। 7 ਮਹੀਨੇ ਦੀ ਇਸ ਵੇਲੇ ਪ੍ਰੈਗਨੈਂਟ ਹੈ। ਹੌਸਪੀਟਲ ਦੇ ਵਿੱਚ ਉਸਦੇ ਟੈਸਟ ਕਰਵਾਏ ਜਾ ਰਹੇ ਨੇ। ਇਸ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ, ਜਿਸ ਦੀ ਭਾਲ ਵਾਸਤੇ ਪੁਲਿਸ ਦੇ ਵੱਲੋਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ ਔਰ ਜਲਦ ਆਰੋਪੀ ਨੂੰ ਫੜਨ ਦਾ ਤੇ ਉਸਦੇ ਖਿਲਾਫ ਐਕਸ਼ਨ ਲੈਣ ਦਾ ਭਰੋਸਾ ਦਿੱਤਾ ਗਿਆ ਹੈ। ਥਾਣਾ ਤਾਰਾਗੜ੍ਹ ਦੇ ਵਿੱਚ ਇੱਕ ਸਾਨੂੰ ਕੰਪਲੇਂਟ ਮਿਲੀ ਸੀ। ਉਹਦੇ ਵਿੱਚ ਜਿਹੜੀ ਲੜਕੀ ਹੈ ਉਹ 16 ਸਾਲ ਦੀ ਹੈ ਅਤੇ 7 ਮਹੀਨੇ ਦੀ ਪ੍ਰੈਗਨੈਂਟ ਹੈ। ਜੋ ਅਸੀਂ ਉਹਨਾਂ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹਾਂ, ਮੁਕੱਦਮਾ ਨੰਬਰ 67 ਮਿਤੀ 24/7/24 ਅੰਡਰ ਸੈਕਸ਼ਨ 376/6 ਪੋਕਸੋ ਐਕਟ ਜਿਹੜਾ ਇਹ ਦਰਜ ਰਜਿਸਟਰ ਕਰਤਾ ਜੀ। ਅਤੇ ਜਿਹੜੀ ਹੁਣ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕੀਤੀ ਹੈ ਅਤੇ ਜਿਹੜਾ ਦੋਸ਼ੀ ਹਾਲੇ ਫਰਾਰ ਹੈ, ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਅਤੇ ਜਿਹੜੀ ਲੜਕੀ ਹੈ ਉਹਦਾ 'ਚ ਅਸੀਂ ਮੈਡੀਕਲ ਵੀ ਕਰਾ ਰਿਹਾ ਅਤੇ ਹੋਰ ਵੀ ਜਿਹੜੀਆਂ ਇਨਵੈਸਟੀਗੇਸ਼ਨ ਆਪਣੀ ਕੰਪਲੀਟ ਕਰ ਰਿਹਾ।